ਸਤਿ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਕਰਫਿਊ ਲਗਾਉਣ ਕਾਰਨ ਬਹੁਤ ਸਾਰੇ ਗਰੀਬ ਜਨਤਾ ਜਾਂ ਮਜ਼ਦੂਰ ਭੁੱਖੇ ਨੇ, ਲੋੜਵੰਦ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਲੰਗਰ ਨਹੀਂ ਮਿਲ ਰਿਹਾ, ਉਹਨਾਂ ਵਾਸਤੇ ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ, ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਸਵਾਮੀ ਰੰਜਨ ਦਾਸ ਮਹਾਰਾਜ ਜੀ, ਜਿਸ ਦਿਨ ਤੋਂ ਕਰਫਿਊ ਲੱਗਿਆ ਹੈ ਉਸ ਦਿਨ ਤੋਂ ਹੀ ਮਹਾਰਾਜ ਜੀ ਹਰ ਰੋਜ਼ ਵੱਖ ਵੱਖ ਪਿੰਡਾਂ ਦੇ ਵਿੱਚ, ਵੱਖ ਵੱਖ ਸ਼ਹਿਰਾਂ ਮੁਹੱਲਿਆਂ ਦੇ ਵਿੱਚ, ਵੱਖ ਵੱਖ ਭੱਠਿਆਂ 'ਤੇ, ਵੱਖ ਵੱਖ ਝੌਂਪੜਿਆਂ 'ਤੇ ਜਾ ਕੇ ਜਿੱਥੇ ਵੀ ਲੋੜਵੰਦਾਂ ਨੂੰ ਲੰਗਰ ਦੀ ਜ਼ਰੂਰਤ ਹੈ ਜਾਂ ਸਰਕਾਰ ਜਿੱਥੇ ਵੀ ਮਹਾਰਾਜ ਜੀ ਨੂੰ ਬੇਨਤੀ ਕਰਦੀ ਹੈ ਕਿ ਮਹਾਰਾਜ ਜੀ ਅੱਜ ਇਸ ਥਾਂ 'ਤੇ ਸੰਗਤਾਂ ਨੂੰ ਲੰਗਰ ਦੀ ਲੋੜ ਹੈ, ਮਹਾਰਾਜ ਜੀ ਹਰ ਰੋਜ਼ ਹਜ਼ਾਰਾਂ ਹੀ ਸੰਗਤਾਂ ਵਾਸਤੇ ਲੰਗਰ ਡੇਰੇ ਤੋਂ ਤਿਆਰ ਕਰਕੇ ਉਹਨਾਂ ਸੰਗਤਾਂ ਵਾਸਤੇ ਭੇਜਦੇ ਹਨ। ਸੋ ਉਹਨਾਂ ਲੰਗਰਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਮਹਾਰਾਜ ਜੀ ਨੂੰ ਸੇਵਾ ਭੇਜੀਆਂ ਹਨ। ਮੈਂ ਧੰਨਵਾਦ ਕਰਾਂਗਾ ਅੰਮ੍ਰਿਤਬਾਣੀ ਰਵਿਦਾਸੀਆ ਕਮਿਊਨਿਟੀ ਸੈਂਟਰ ਬਰਮਿੰਘਮ UK ਦੀਆਂ ਸੰਗਤਾਂ ਦਾ, ਸਮੂਹ ਸੰਗਤਾਂ ਦਾ, ਔਰ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਦਾ, ਜਿਨ੍ਹਾਂ ਨੇ ਉਹਨਾਂ ਲੰਗਰਾਂ ਦੇ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਨੇ। ਸੋ ਮਹਾਰਾਜ ਜੀ ਵੱਲੋਂ ਉਹਨਾਂ ਸਾਰੀਆਂ ਹੀ ਸੰਗਤਾਂ ਜੋ ਮਹਾਰਾਜ ਜੀ ਨੂੰ ਤਿਲ ਫੁੱਲ ਭੇਟ ਕਰ ਰਹੀਆਂ ਨੇ, ਸਾਰੀਆਂ ਹੀ ਸੰਗਤਾਂ ਨੂੰ ਮਹਾਰਾਜ ਜੀ ਵੱਲੋਂ ਆਸ਼ੀਰਵਾਦ ਹੈ। ਮਹਾਰਾਜ ਜੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਇੱਕ ਵਾਰ ਫਿਰ ਆਸ਼ੀਰਵਾਦ, ਔਰ ਅਸੀਂ ਉਹਨਾਂ ਸਾਰੀਆਂ ਹੀ ਸੰਗਤਾਂ ਦੇ ਧੰਨਵਾਦੀ ਹਾਂ ਜੋ ਉਸ ਲੰਗਰ ਦੇ ਵਿੱਚ, ਗਰੀਬਾਂ ਦੇ ਲੰਗਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਜੈ ਗੁਰਦੇਵ, ਧੰਨ ਗੁਰਦੇਵ।